यहाँ भाई कार्डल लाला मेरा क्यों लाला कार्डल क्यों डेट्स ओ तू तो बारी से बाहर निकलने फिर तो चीज़ें था नहीं हाँ फिर जाग भी रहा चीयर्स बैक नहीं लो ना भैया चीयर्स चक्कू आज मुझे आ रहा क्रीमी जी मणि आ दिया कहना पड़ेगा ना भी ठीक है तो जाते मेनू फोर में फोर वीडियो की शुरुआत इतों करते हैं जी अपन चले सके नाइगरा फॉल बहुत ही जरूरी काम ਬਾਈ ਦੱਸਣ ਲੱਗਾ ਵੀ ਇਹਨਾਂ ਕੈਨੇਡਾ ਚ ਘਰ ਕਿਵੇਂ ਲੈਣਾ ਜਿਵੇਂ ਹੁਣ ਤੇਰਾ ਕੰਮਕਾਰ ਹੈਗਾ ਕੈਬਨਟ ਮੇਕਰ ਦਾ ਠੀਕ ਹੈ ਤੂੰ ਥੋੜਾ ਜਿਹਾ ਪਿੱਛੇ ਹਟ ਕੇ ਲੈ ਸ਼ਹਿਰ ਦੇ ਵਿੱਚ ਨਾ ਲੈ ਜਿਹੜਾ ਕਰ ਦੇ ਨੂੰ ਉੱਥੇ 8 ਲੱਖ ਦਾ ਮਿਲਦਾ ਉਹ ਹਾਫ ਰੇਟ ਚ ਨਹੀਂ ਉਹ ਤਾਂ ਠੀਕ ਹੈ ਪਰ ਕੈਬਨਟ ਮੇਕਰ ਦਾ ਵਿੱਚ ਕੀ ਲੈ ਕੇ ਆ ਗਿਆ ਕੈਬਨਟ ਮੇਕਰ ਤੇਰਾ ਆਪਣਾ ਪਰਸਨਲ ਬਿਜ਼ਨਸ ਆਪਣਾ ਪਰਸਨਲ ਕੰਮ ਹੋ ਜਾਊਗਾ ਮੇਰਾ ਕਿਤੇ ਮੈਂ ਜਿਮਟਾ ਲਾਉਣਾ ਕਰੂੰ ਹਲੇ ਨਹੀਂ ਅੱਛਾ ਅੱਛਾ ਆਉਣ ਵਾਲੇ ਟਾਈਮ ਠੀਕ ਹੈ ਠੀਕ ਹੈ ਘਰ ਵੀ ਨਹੀਂ ਖਰੀਦ ਰਿਹਾ ਏਰੀਆ ਕਿਹੜਾ ਕਹਿਣਾ ਤੂੰ ਰეკਮੈਂਡ ਕਰਦਾ ਨਾਈਗਰਾ ਫਾਲ ਨਾਈਗਰਾ ਹੋ ਜੂ ਕਰ ਸਕਦੇ ਮੈਂ ਤੈਨੂੰ ਰਹਿਣਾ ਜੀਟੀਏ ਦੇ ਕੋਲ ਵਧੀਆ ਰਹੂਗਾ ਕਿਉਂਕਿ ਉੱਥੇ ਤੇਰਾ ਬਿਜ਼ਨਸ ਐਕਸਪੈਂਡ ਹੋਊਗਾ ਵਧੀਆ ਕਿਉਂਕਿ ਨਾਇਗਰਾ ਇੱਕ ਪਾਸੇ ਤਾਂ ਯੂਐਸ ਲੱਗ ਗਿਆ ਉੱਥੇ ਤਾਂ ਤੂੰ ਕੰਮ ਨਹੀਂ ਕਰ ਸਕਦਾ ਨਾ ਨਾ ਆਪਾਂ ਇੰਟਰਨੈਸ਼ਨਲ ਬਿਜ਼ਨਸ ਵੀ ਕਰ ਸਕਦੇ ਹਾਂ ਆਲਰਾਈਟ ਉੱਥੇ ਫਿਰ ਉਹਦਾ ਬਿਜ਼ਨਸ ਹੋ ਚਾਹੀਦਾ ਕੀ ਚਾਹੀਦਾ ਆਪਣਾ ਮੈਂ ਕਹਾਂ ਬਿਜ਼ਨਸ ਵੀਜ਼ਾ ਹੈਗਾ ਬਿਜ਼ਨਸ ਵੀਜ਼ਾ ਹੈਗਾ ਆਪਣਾ B1 ਵੀਟੂ ਆ B1 ਵੀਟੂ ਹੈਗਾ ਉੱਥੇ ਜਾ ਕੇ ਆਪਾਂ ਸਾਡਾ ਕੀ ਹੁੰਦਾ ਸਾਡਾ ਬਿਜ਼ਨਸ ਜੀਡੀ ਚ ਚੱਲੀ ਨਾ ਚੱਲੀ ਅਮਰੀਕਾ ਚ ਨਾਈਗਰਾ ਫਾਲ ਦੇ ਪੰਪ ਤੇ ਖੜੇ ਸੀ ਅਸੀਂ ਕਿਉਂਕਿ ਸਾਨੂੰ ਅਰਾਊਂਡ 1 ਘੰਟਾ ਲੱਗ ਗਿਆ ਬ੍ਰੈਂਪਟਨ ਤੋਂ ਇੱਥੇ ਤੱਕ ਆਉਣ ਨੂੰ ਸੋ ਥੋੜੀ ਰੈਸਟ ਕਰਕੇ ਫਿਰ ਅੱਗੇ ਚੱਲਦੇ ਆ ਪਰਮਿਟ ਲੈਣ ਆਏ ਹੋਏ ਆ ਸਾਨੂੰ US ਵਿੱਚ ਐਂਟਰੀ ਕਰਨੀ ਪੈਣੀ ਆ ਬਾਕੀ ਬਾਰਡਰ ਤੇ ਕੀ ਸੀ ਨਾ ਉੱਥੇ ਜਾ ਕੇ ਦੇਖਦੇ ਆ ਇੱਥੇ ਬਣੇ ਚੱਲੇ ਨੇ ਮਸ਼ੀਨਾਂ ਵੀ ਪਹੁੰਚਣੇ ਆਪਣੇ ਆ ਵੀ ਉੱਪਰ ਜਗਾ ਬਾਈ ਨੇ 924 ਲੈਵਾਂਗੇ ਤੇਰੀ ਗੱਡੀ ਉਹਨਾਂ ਤੇ ਲਵਾਉਣੀ ਹੈ ਬਾਈ ਨੇ ਵੀਡੀਓ ਸਮਝਾਤੀ ਹੈ ਕਿਵੇਂ ਕਿਵੇਂ ਕਰਨਾ ਨਾ ਜੇ ਹੁਣ ਵੀ ਨਾ ਮਿਲੇ ਤੈਨੂੰ ਅੱਗੇ ਪਰ ਨਹੀਂ ਨਹੀਂ I-99 ਮੰਮਾ ਵੀਜ਼ਾ ਮਿਲ ਗਿਆ ਜਦ ਤੂੰ 994 ਨਾ ਦੇਵੇਂਗੇ बेचा देखो खाली जगह सी खड़ाई नहीं करना नहीं साइडां गड्डी गड्डी बारी खोल दिया डेंट डूंट पा देने गुड्डी तेरी कढ़ा देने वो बैठे होंगे ना कार बाजार दे विच चढ़ा देने देखो भी इतना बंदे होंगे जितने फ्री का वाइफ मिले अपना 13 GB वेस्ट नहीं करना चाहता बंदा हो जाए अंदर भाई देख ला यार नवा आईफोन ले यार ठीक है तो 13 GB ਨੂੰ ਡਾਟਾ ਮਿਲਿਆ ਹਲੇ ਦਾ ਜੋ ਤੇ ਫ੍ਰੀ ਦਾ ਵਾਈਵਾ ਚਲੋ ਰਿਹਾ ਹਫਤਾ ਹੋ ਗਿਆ ਹੁਣ ਹਲੇ 13 GB ਚ 1 GB ਨਹੀਂ ਵਰਤਿਆ ਫਿਰ ਫ੍ਰੀ ਵਾਲਾ ਚਲਾਉਂਦਾ ਪਿਆ ਪੰਪ ਤੇ बाई की गड्डी है यार बड़ा फायदा दिता है ना मैं कॉलेज अच्छा मेरे यार हो रहा है सीन पर राइड ही होए ना फिर अगे ओ यार मेरी गल तो बिजी रह गई यार दोस्तों यार ओ आप आए सी नाइगरा फॉल ते
ਪਰਮਿਟ ਲੈਣ ਆਏ ਹੋਏ ਆ ਅਸੀਂ ਇਕੱਠੀ ਸਾਰੇ ਗ੍ਰੈਜੂਏਟ ਹੋਏ ਸੀਗੇ ਆਹ ਮੁੰਡਾ ਧੱਕੇ ਨਾਲ ਹੋਇਆ ਅਸੀਂ ਆਪਣੇ ਆਪ ਹੋਏ ਆ ਤੇ US ਬਾਰਡਰ ਤੇ ਜਾਣਾ ਪੈਣਾ ਸੀ ਸਾਨੂੰ ਪਰਮਿਟ ਚੱਕਣ ਅਪਲਾਈ ਵੀ ਹੋ ਜਾਂਦਾ ਆਨਲਾਈਨ ਪਰ ਅਸੀਂ ਇੱਥੋਂ ਚੱਕਣਾ ਕਿਉਂਕਿ ਉਹ ਰਾਈਟ ਵੇ ਦੇ ਦਿੰਦੇ ਆ ਪਰ ਪਤਾ ਕੋਈ ਨਹੀਂ ਸਾਡੀਆਂ ਸ਼ਕਲਾਂ ਦੇਖ ਕੇ ਸਾਨੂੰ ਸਾਡਾ ਆਨਲਾਈਨ ਅਪਲਾਈ ਹੋਣ ਵਾਲਾ ਵੀ ਕੈਂਸਲ ਕਰ ਦੇਣ ਮੈਨੂੰ ਲੱਗਦਾ ਏਦਾਂ ਕਹਿ ਦੇ ਬੰਦਾ ਇੱਧਰੋਂ ਮੇਰੇ ਹੈਗੇ 4 ਸਮੈਸਟਰ 25% ਹਰ ਆਪਣੇ ਗਰੁੱਪ ਮੈਂਬਰ ਨੂੰ ਦੇਣਾ ਚਾਹਾਂਗਾ ਜਿਹੜੇ ਮੇਰੇ 4 ਸਮੈਸਟਰ ਰਹੇ ਆਪਣਾ ਯੋਗਦਾਨ ਆਪਣਾ ਭੋਰਾ ਨਹੀਂ ਹੈਗਾ ਉਹਨਾਂ ਦਾ ਯੋਗਦਾਨ ਸੀਗਾ ਸਾਹਮਣੇ ਬੋਰਡ ਲੱਗਾ ਸੀ ਨਾਇਗਰਾ ਫਾਲ ਦਾ ਤੇ ਲਾਲ ਬੱਤੀ ਆ ਤੇ ਦੇਖ ਲਓ ਲੱਗਾ ਟਪਾਉਣ ਮੁੰਡਾ ਆ ਮੁੰਡਾ ਟਪਾਉਣ ਲੱਗਾ ਦੇਖੋ ਲਾਲ ਬੱਤੀ ਦੇ ਮੁੰਡੇ ਨੇ ਟਪਾ ਦੀ ਗੱਡੀ ਨਹੀਂ ਪਰ ਠੀਕ ਹੈ ਟਪਾਈ ਇੱਥੇ ਰਾਈਟ ਟਰਨ ਮਾਰ ਸਕਦੇ ਆ ਲਾਲ ਬੱਤੀ ਤੇ ਹਨਾ ਆਪਣੇ ਯਾਰ ਆਪਣੇ ਘਰੇ ਮਾਰ ਲੈਂਦੇ ਪਰ ਆਪਣੇ ਇੰਡੇ ਅੱਗੇ ਡੱਕ ਲੈ ਪਰ ਲੈਫਟ ਲੇਨ USA ਨੂੰ ਤੇ ਰਾਈਟ ਲੇਨ ਨਾਇਗਰਾ ਫਾਲ ਨੂੰ ਪਾਸਪੋਰਟ ਕਰ ਲਓ ਆਪਣੇ ਬਾਹਰ ਵੀ ਬੜੇ ਸਾਈਡ ਕਰ ਦਵੇਂ ਆ ਠੀਕ ਆ ਇੱਥੇ ਨਿਕਲ ਆ ਦੇਖ ਲਈਏ ਜਿੱਥੋਂ ਆਪਾਂ ਜਾਣੇ ਪਏ ਆ US ਦਾ ਬ੍ਰਿਜ ਆ ਤੇ ਸਾਹਮਣੇ US ਆ ਧੁੰਦ ਪਈ ਹੋਈ ਆ ਪਰਲੇ ਪਾਸੇ ਉਹ ਲੱਗਦੇ ਉਹ ਦੂਰੇ ਉਹਨੇ ਗੱਪ ਮਾਰਦਾ ਇਹ ਥੱਲੇ ਪਾਣੀ ਉੱਪਰ ਗਿਆ ਆ US ਬਾਰਡਰ ਤੇ ਆ ਗਏ ਆ ਜੀ ਆ ਬੈਰੀਅਰ ਆ ਗਏ ਅੱਗੇ ਇੱਥੋਂ ਪਰਲੇ ਪਾਸੇ US ਸਟਾਰਟ ਤੇ ਹੁਣ ਬ੍ਰਿਜ ਤੋਂ ਆਏ ਸੀਗੇ ਜੀ ਕਾਗਜ਼ੀ ਕਾਰਵਾਈ ਹੋ ਗਈ ਸਾਰੀ ਪਾਸਪੋਰਟ ਤੇ ਸਟੈਂਪਾਂ ਲੱਗ ਗਈਆਂ ਐਂਟਰੀ ਦੀਆਂ ਆਹ ਦੇਖ ਲਓ ਹੁਣ ਅਮਰੀਕਾ ਲੱਗਦਾ ਕੈਨੇਡਾ ਵਰਗਾ ਹੀ ਆ ਹਾਊਸ ਆਫ ਇੰਡੀਆ ਜੱਗ ਵੀ ਨੇ ਫਿਰ ਸੇਮ ਸਾਈਡ ਤੇ ਨਾਇਗਰਾ ਕਿਤੇ ਮੰਨਣ ਵਾਲੇ ਕਿਤੇ ਅਮਰੀਕਾ ਮੈਂ ਵੀ ਨਹੀਂ ਕਿਤੇ ਘੁੰਮਿਆ ਹਾਂਜੀ ਭਾਈ ਨਾਇਗਰਾ ਫਾਲ ਪਹੁੰਚ ਗਏ USA ਵਾਲੀ ਸਾਈਡ ਵਾਲੇ ਪਾਸੇ ਮੀਂਹ ਪੈਂਦਾ ਪਿਆ ਉਦਾਂ ਤੇ ਫਰੋਮ USA ਸਾਈਡ ਵੈਲਕਮ ਟੂ USA ਹੈਲੋ ਆ ਗੱਡੀ ਚੱਕ ਲਓ ਉਹ ਆਪ ਕੇ ਲਈ ਉਹ ਤੁੰਦ ਪਈ ਆ ਤੁੰਦ ਨਹੀਂ ਹੈਗੀ ਮਾਮਾ ਬਹੁਤ ਸੱਚੀ ਪਾਣੀ ਵੜਦਾ ਕਿੱਥੇ ਉਹ ਲੱਗ ਕੇ ਜਾ ਕੇ ਪਤਾ ਲੱਗੂਗਾ ਪਰ ਇਧਰਲੇ ਪਾਸੇ ਰਸ਼ ਘੱਟ ਆ ਨਾ ਮੀਂਹ ਪਈ ਜਾਂਦਾ ਰਸ਼ ਘੱਟ ਆ ਉਹ ਸਾਹਮਣੇ ਪਾਸੇ ਕੈਨੇਡਾ ਆ ਤੇ ਆ ਔਰਲੇ ਪਾਸੇ USA ਆ ਨਾਇਗਰਾ ਫਾਲ ਆਈ ਪੂਰਾ ਖਤਰਨਾਕ ਆ ਕੰਮ ਦੇਖ ਲਓ ਜੀ ਸਾਹਮਣੇ ਪਾਸੇ ਕੈਨੇਡਾ ਆ ਇੱਧਰਲੇ ਪਾਸੇ USA ਆ USA ਤਾਂ ਵੈਸੇ ਕਹਿੰਦੇ ਵੀ ਵਧੀਆ ਨਹੀਂ ਦੇਖਦਾ ਹੁੰਦਾ ਪਰ ਆਹ ਥੋੜ੍ਹੇ ਸਾਹਮਣੇ ਆ ਕਿੰਨਾ ਸੋਹਣਾ ਦੇਖਦਾ ਪਿਆ ਨਾ ਜਿੰਨਾ ਵੀ ਨਹੀਂ ਮਾੜਾ ਦੀਦਾ ਜਿੰਨਾ ਕਹਿੰਦੇ ਆ ਆਹ ਦੇਖੋ ਜਮਾਂ ਹੀ ਫਾਲ ਹੀ ਇੱਥੋਂ ਜੀ ਪਾਣੀ ਹੋ ਕੇ ਸਿੱਧਾ ਜਾਂਦਾ ਥੱਲੇ ਜਿਹੜੇ ਟਾਈਮ 'ਤੇ ਆਇਆ ਜੀ ਮੀਂਹ ਪੈਂਦਾ ਪਿਆ ਤੇ ਸਾਰੇ ਭਿੱਜ ਗਏ ਹੁਣ ਬਾਹਲਾ ਦੇਰ ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਹੈਗਾ ਭਾਜੋ 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 ਫਟਾਫਟ ਬਹੁਤ ਘੈਂਟ ਆ ਬਾਈ ਇੱਧਰ ਦੀ ਇੱਧਰਲੇ ਪਾਸੋਂ ਦੇਖਣ ਆਇਓ ਯਾਰ ਜੇ ਕਿਸੇ ਨੇ ਆਉਣਾ ਜ਼ਿਆਦਾ ਵਧੀਆ ਹੈਣਗਾ ਤੇ ਵਾਈਪਰ ਮਾਰ ਲਾ ਕੈਮਰੇ ਤੇ ਪੂਰੇ ਵੀ ਮਾਰਨ ਵਾਲੇ ਹੋਏ ਪਏ ਆ ਐਡੀ ਹਾਸੇ ਵਾਲੀ ਗੱਲ ਸੀਗੀ ਨਹੀਂ ਵੈਸੇ ਤੂੰ ਹੀ ਹੱਸਦੇ ਲੱਗੇ ਨਾ ਇੱਥੇ ਨਾ ਕੋਈ ਪੰਗਾ ਲਓ ਬਗਾਨਾ ਮੁਲਕ ਐਵੇਂ ਹੀ ਸੱਟ ਚੋਟ ਲੱਗ ਗਈ ਮੈਨੂੰ ਲੱਗਦਾ ਇਕੱਲੇ ਅੰਟਾਰੀਓ ਵਾਲੀ ਗੱਡੀ ਆਈ ਹੋਣੀ ਆਹ ਵਾਲੀ ਪਾਰਕਿੰਗ ਦੇ ਵਿੱਚ ਬਾਕੀ ਸਾਰੀਆਂ ਯੋਰਕ ਵਾਲੀਆਂ ਹੀ ਆ ਇੱਧਰਲੀਆਂ ਜੱਗੂ ਆ ਹੀਟਰ ਸਿਖਾ ਦੂਗਾ ਸਾਡੇ ਕੱਪੜੇ ਸਾਨੂੰ ਕਹਿੰਦਾ ਵੀ ਪੁਲਿਸ ਦੀ ਗੱਡੀ ਅੱਗੇ ਲੱਗੀ ਹੋਈ ਆ ਤੇ ਉਹਨੂੰ ਫੋਲੋ ਕਰੋ
ਤੇ ਸਾਡੀ ਮਦਦ ਕੋਈ ਕਰਾ ਲਾਂਗਾ ਮੈਂ ਕੋਲ ਕਰਾ ਲਾਂਗਾ ਆਪ ਹਾਂ ਆਪ ਹੀ ਕਰਾਊਗਾ ਤੇ ਜੇ ਦੇਤਾ ਪਾਸਪੋਰਟ ਉਹਦੇ ਕੋਲ ਹੀ ਨਹੀਂ ਅੱਛਾ ਆਪਾਂ ਲਾਉਣੀ ਪੁਲਿਸ ਦੇ ਮਗਰ ਗੱਡੀ ਹੈ ਹਾਂ ਇਹਦਾ ਪੁਲਿਸ ਲਾਉਂਦੀ ਹੁੰਦੀ ਆ ਅਸੀਂ ਲਾਈ ਆ ਕਹਿੰਦਾ ਇੱਧਰ ਵੀ ਚਾਰਜ ਰਹੀ ਹੈ ਨਾ ਪੁਲਿਸ ਵਾਲੀਆਂ ਚਲੋ ਚਲ 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 ਵੀ ਆਈ ਵੀ ਟੈਪ ਫੀਲਿੰਗ ਹੀ ਨਹੀਂ ਆ ਰਹੀ ਕਹਿੰਦਾ ਕੈਦੀ ਲੈ ਕੇ ਚੱਲੇ ਆ ਪਾਸੇ ਹੋ ਜੋ ਯਾ ਯੂ ਐਸ ਏ ਚੱਲੇ ਬਾਏ ਬਾਏ ਅਮਰੀਕੇ ਇੱਥੋਂ ਹੁਣ ਕੈਨੇਡਾ ਆ ਗਿਆ ਆਪਾਂ ਬਸ ਨਹੀਂ ਜਾਈ ਦੋ ਮਿੰਟ ਜੀ ਕੈਨੇਡਾ ਕਹਿੰਦਾ ਮਿੰਟੋ ਮਿੰਟੀ ਕਹਿੰਦਾ ਕਦੇ ਅਮਰੀਕਾ ਕਦੇ ਕੈਨੇਡਾ ਸੋ ਸਾਨੂੰ ਫਾਰਮ ਮਿਲ ਗਿਆ ਜੀ ਜਿਹੜਾ ਚਾਹੀਦਾ ਸੀ ਉਹਨਾਂ ਨੂੰ ਦਿਖਾਉਣ ਵਾਸਤੇ ਹੁਣ ਦੇਖਦੇ ਹਾਂ ਬੀਬੀ ਕੀ ਕਹਿੰਦੀ ਆ ਕੀ ਫੀਲ ਕਰਦਾ ਪਿਆ ਫਿਰ ਮੈਂ ਬਹੁਤ ਘੈਂਟ ਪਰਮਿਟ ਮਿਲ ਗਿਆ ਵਧਾਈਆਂ ਬਹੁਤ ਬਹੁਤ ਜੱਟਾ ਹੁਣ ਫਿਰ ਇੰਡੀਆ ਕਦੋਂ ਜਾਣਾ ਸਾਰਿਆਂ ਪਰਮਿਟ ਮਿਲ ਗਿਆ ਅਸੀਂ ਖੁਸ਼ੀ ਚੈਨਲ ਸਬਸਕ੍ਰਾਈਬ ਕਰ ਲਿਓ ਹਾਂ ਮੇਰਾ ਕਿਹੜਾ ਲਓ ਬਾਈ ਜੀ ਅਸੀਂ ਹੁਣ ਦੇਖ ਲਈ ਹੈ ਥੋੜ੍ਹੀ ਜਿਹੀ ਸਵੇਰਾ ਕੁਛ ਨਹੀਂ ਖਾਧਾ ਪੀਤਾ ਅਸੀਂ ਬਸ ਇੱਕ 4x4 ਪੀਤੀ ਸੀ ਸਵੇਰੇ ਉਹ ਵੀ ਇਹਨਾਂ ਨੂੰ ਪਸੰਦ ਨਹੀਂ ਆਈ ਬਾਈ ਦੱਸੂਗਾ ਇਹ ਸਭ ਨੂੰ ਕਿਵੇਂ ਖਾਈਦਾ ਦੇੜਦਾ ਬਾਈ ਇਹ ਤਰੀਕਾ ਹੁਣ ਖਾ ਕੇ ਦੱਸੂਗਾ ਕਿਵੇਂ ਖਾਈਦਾ ਹੁਣ ਪਹਿਲਾਂ ਨੂੰ ਖਾਣ ਦਿਓ ਇੱਧਰ ਖੋਲੋ ਥੋੜ੍ਹੀ ਕੋਕ ਪੀਓ ਅੱਛਾ ਕੋਕ ਪੀ ਕੇ ਹੈ ਤਾਰਾ ਕਰੋ ਮਾੜਾ ਗਲਾ ਆ ਬਾਈ ਦੀ ਯਾਰ ਇੱਕ ਮਾੜੀ ਗੱਲ ਆ ਆਪਦੀ ਗੱਡੀ 'ਚ ਬਹਿ ਕੇ ਨਾ ਖਾਣ ਪੀਣ ਨਹੀਂ ਦਿੰਦਾ ਇਹ ਹੁਣ ਬਹੁਤ ਜ਼ੋਰ ਲਾਇਆ ਪਰ ਨਹੀਂ ਟਲਿਆ ਕਹਿੰਦਾ ਇੱਥੇ ਬਹਿ ਕੇ ਖਾਓ ਗੱਡੀ 'ਚ ਨਹੀਂ ਕਹਿੰਦਾ ਗੱਡੀ 'ਚ ਕੀ ਚੱਕਰ ਆ ਯਾਰ ਹੈਂ ਕੀ ਹੋਇਆ ਸਾਫ਼ ਕਰਨੀ ਔਖੀ ਲੱਗਦੀ ਹੈ ਹੈਂ ਇਹਨੂੰ ਤਾਂ ਸਾਫ਼ ਕਰ ਦਿੰਦੇ ਸੀ ਅਤੇ ਕਰਨੀ ਪੈਣੀ ਅਸੀਂ ਵੀ ਤਰੀਕੇ ਨਾਲ ਹੀ ਕਰਦੇ ਹਾਂ ਯਾਰ ਤੁਹਾਡਾ ਤਰੀਕਾ ਗਲਤ ਯਾਰ ਹੁਣ ਕੋਕ ਤਾਂ ਪੀ ਸਕਦੇ ਆਪਾਂ ਆਪ ਗਿੱਲੀ ਜੁੱਤੀ ਲੈ ਕੇ ਵਿੱਚ ਬਹਿ ਗਿਆ ਐਟ ਲਾਸਟ ਅਸੀਂ ਪਹੁੰਚ ਗਏ ਹਾਂ ਜੀ ਆਪਣੇ ਘਰਾਂ ਨੂੰ ਜਾਂਦੇ ਪਏ ਹਾਂ ਬਸ ਪਹੁੰਚਣਾ ਹੋਰ ਥੋੜ੍ਹੇ 5-10 ਮਿੰਟਾਂ ਨੂੰ ਅਤੇ ਅੱਜ ਸਾਰੇ ਕੰਮ ਹੋ ਗਏ ਲਗਭਗ ਵਰਕ ਪਰਮਿਟ ਵੀ ਮਿਲ ਗਿਆ ਯੂ ਐਸ ਏ ਵੀ ਜਾ ਆਏ ਐਂਟਰੀ ਵੀ ਪੈ ਗਈ ਪਾਸਪੋਰਟ 'ਤੇ ਅਤੇ ਸਰਵਿਸ ਕੈਨੇਡਾ ਤੋਂ ਡਾਕੂਮੈਂਟ ਜ਼ਰੂਰੀ ਚੱਕਣ ਵਾਲੇ ਸੀ ਉਹ ਵੀ ਹੋ ਗਏ ਹੈ ਨਾ ਆਲਮੋਸਟ ਸਾਰਾ ਕੁਝ ਹੋ ਗਿਆ ਕਿਵੇਂ ਰਿਹਾ ਫਿਰ ਅੱਜ ਦਾ ਦਿਨ ਜੱਗੂ ਬਸ ਵੀਰੇ ਇੱਕ ਚੀਜ਼ ਦੀ ਘਾਟ ਆ ਮੀਂਹ ਪਈ ਜਾਂਦਾ ਭਟੂਰੇ ਖਾਣੇ ਆ ਹਾਂ ਉਹ ਹੁਣ ਪੂਰੀ ਹੋਈ ਨਹੀਂ ਭਟੂਰਿਆਂ ਨਾਲ ਭਟੂਰੇ ਆ ਬਸ ਉਹ ਬਾਕੀ ਦਿਨ ਸਾਰਾ ਵਧੀਆ ਰਿਹਾ ਗੁੱਡ ਰਿਹਾ ਅਸੀਂ ਸਾਰਾ ਕੁਝ ਲੈ ਲਿਆ ਸਾਰੇ ਸਿਨ ਵੀ ਲੈ ਲਿਆ ਕੰਮ ਹੋ ਗਏ ਪਾਸਪੋਰਟ ਤੇ ਸਾਰਾ ਆਈ ਥੈਂਕ ਯੂ ਹਾਂ ਬਾਈ ਨੇ ਫੋਨ ਲਿਆ ਸੀ ਨਵਾਂ ਐਕਸ ਮੈਕਸ ਤੇ ਉਹਦੀ ਐਕਸੈਸਰੀ ਲੈਣ ਵਾਲੀ ਸੀ ਨਾ ਸਾਰੀ ਤੇ ਉਹ ਵੀ ਲੈ ਹੋਊਗੀ ਆਲ ਇਨ ਆਲ ਕਹਿ ਲਓ ਵੀ ਪੈਸਾ ਵਸੂਲ ਦੇਣ ਸੀਗਾ ਬਹੁਤ ਕੁਛ ਕਰ ਲਿਆ ਅਤੇ ਸੋ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅਤੇ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਕਰ ਦਿਓ ਵੀਡੀਓ ਨੂੰ